ਆਉਣਾ ਬੀ ਕੇ ਯੂ ਡਕਾਉਂਦਾ ਅਤੇ ਲੋਕ ਸੰਘਰਸ਼ ਕਮੇਟੀ ਜਿਹੜੀ ਬਣੀ ਆ ਇੱਥੇ ਉਹਦੇ ਸਹਿਯੋਗ ਨਾਲ ਲੋਕ ਘੋਲ ਨੂੰ ਤਿੱਖਾ ਕੀਤਾ ਜਾਊਗਾ। ਲੋਕਾਂ ਦੇ ਸਹਿਯੋਗ ਨਾਲ ਹੀ ਅਗਲਾ ਸੰਘਰਸ਼ ਅਸੀਂ ਐਕਸ਼ਨ ਕਰਾਂਗੇ। ਪਤਾ ਹੀ ਆ ਵੀ ਐਮ ਐਲ ਏ ਜਿੰਨੇ ਆ ਤਾਂ ਵੋਟਾਂ ਵਾਲੀ ਲੋਕਾਂ ਦੇ ਵਿੱਚ ਆਉਂਦੇ ਆ, ਉਹ ਤਾਂ ਹੁਣ ਤਾਂ ਨਹੀਂ ਆਉਂਦੇ। ਇਹੀ ਕਿਹਾ ਵੀ ਅਸੀਂ ਕਿਹਾ ਠੀਕ ਆ, ਅਸੀਂ ਇਹ ਨਹੀਂ ਕਹਿੰਦੇ ਕਾਰਗਸ ਪਲਾਂਟ ਮਾੜਾ, ਪਰ ਇਹਨੂੰ ਉਹੋ ਜਿਹੀ ਥਾਂ 'ਤੇ ਲਾਓ ਜਿੱਥੇ ਆਬਾਦੀ ਤੋਂ ਦੂਰ ਹੋਵੇ। पिछले 14 महीनों तो करकस प्लांट नू बंद करवाने लई लगा पक्का धरना। मामला पंजाब दे पानी अते हवा नू दूषित होने तो बचाउण दा। पंजाब पद्धर दीआं जत्थेबंदीआं भी हक च नित्रियां। गंदा पानी फैला सकता है लिवर अते चमड़ी दे भयानक रोग। दूषित हवा फैला सकती है जानलेवा वायरस। असी लंबे समय तो लोग संघर्ष कमेटी ते भारतीय जथेबंदियां बी के यू डकाउंदा जिन्नियां भी उहदे नाल जथेबंदियां हैगियां ने भारतीय जथेबंदियां प्रशासन तक पहुँच की आ, उन्होंने कोई हल नहीं कढ़िया। हुण बी के यू डकाउंदा अते लोग संघर्ष कमेटी जिहड़ी बनी आ इत्थे ਉਹਦੇ ਸਹਿਯੋਗ ਨਾਲ ਲੋਕ ਘੋਲ ਨੂੰ ਤਿੱਖਾ ਕੀਤਾ ਜਾਊਗਾ। ਅਗਲਾ ਵੀ ਜਿਹੜਾ ਸਾਡਾ ਪ੍ਰੋਗਰਾਮ ਬਣਿਆ ਉਹ ਲੋਕਾਂ ਨੂੰ ਦੱਸ ਕੇ ਉਹਦੇ ਐਕਸ਼ਨ ਕੀਤਾ ਜਾਊਗਾ। ਜਿਹੜਾ ਵੀ ਸਾਡਾ ਐਕਸ਼ਨ ਹੋਊਗਾ ਉਹ ਸਾਰੀਆਂ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਬੀ ਕੇ ਯੂ ਡਕਾਉਂਦਾ ਜਾਂ ਜਿਹੜੀਆਂ ਸਾਡੀਆਂ ਹੋਰ ਭਾਰਤੀ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਅਗਲਾ ਕੋਈ ਵੀ ਜਿਹੜਾ ਸੰਘਰਸ਼ ਹੋਊਗਾ ਉਹ ਅਸੀਂ ਲੋਕਾਂ ਵਿੱਚ ਉਹਦੀ ਗੱਲ ਲੈ ਕੇ ਜਾਵਾਂਗੇ। ਲੋਕਾਂ ਦੇ ਸਾਥ ਨਾਲ ਹੀ ਲੋਕਾਂ ਦੇ ਸਹਿਯੋਗ ਨਾਲ ਹੀ ਅਗਲਾ ਸੰਘਰਸ਼ ਅਸੀਂ ਐਕਸ਼ਨ ਕਰਾਂਗੇ। ਜਿਹੜੇ ਆਪਣੇ ਹਲਕਾ ਐਮਐਲਏ ਨੇ, ਹਾਂਜੀ, ਉਹ ਕੀ ਚਾਹੁੰਦੇ ਨੇ? ਜਿਹੜੇ ਜੀ ਇਹ ਹਲਕਾ ਐਮਐਲਏ ਨੇ ਉਹਨਾਂ ਨਾਲ ਪਹਿਲਾਂ ਤਾਂ ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਵਾਰ ਆਓ, ਆ ਕੇ ਇੱਥੇ ਲੋਕਾਂ ਦੇ ਵਿੱਚ ਬੈਠੋ, ਲੋਕਾਂ ਦੇ ਵਿਚਾਰ ਸੁਣੋ। ਅਤੇ ਪਰ ਉਹਨਾਂ ਨੇ ਹਜੇ ਤੱਕ ਉਹਨਾਂ ਕੋਲ ਟਾਈਮ ਨਹੀਂ ਲੱਗਿਆ ਲੋਕਾਂ 'ਚ ਆਉਣ ਦਾ। ਅਤੇ ਤੁਹਾਨੂੰ ਪਤਾ ਹੀ ਆ ਵੀ ਐਮਐਲਏ ਜਿੰਨੇ ਆ ਤਾਂ ਵੋਟਾਂ ਵਾਲੀ ਲੋਕਾਂ ਦੇ ਵਿੱਚ ਆਉਂਦੇ ਆ, ਉਹ ਤਾਂ ਹੁਣ ਤਾਂ ਨਹੀਂ ਆਉਂਦੇ। ਅਸੀਂ ਕਈ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਆਓ ਲੋਕਾਂ 'ਚ ਆ ਕੇ ਬੈਠ ਕੇ ਗੱਲ ਕਰੋ, ਵੀ ਸਾਰੇ ਜਾਣੇ ਲੋਕ ਜਿਵੇਂ ਕਹਿਣਗੇ ਕਿਵੇਂ ਆ, ਉਹਨਾਂ ਦੀਆਂ ਮੁਸ਼ਕਲਾਂ ਸੁਣੋ, ਬਾਕੀ ਬਹਿ ਕੇ ਕੋਈ ਹੱਲ ਨਿਕਲ ਸਕਦਾ। ਪਰ ਉਹਨਾਂ ਵੱਲੋਂ ਹਜੇ ਤੱਕ ਤਾਂ ਸਾਡੇ ਨਾਲ ਕੋਈ ਸੰਪਰਕ ਉਦੋਂ ਬਾਅਦ ਕੀਤਾ ਨਹੀਂ ਗਿਆ। ਨਗਰ ਨਿਗਮ ਨਾਲ ਵੀ ਰਾਬਤਾ ਕਾਇਮ ਹੋਇਆ ਜੀ, 3-4 ਵਾਰ ਮੀਟਿੰਗਾਂ ਹੋ ਚੁੱਕੀਆਂ ਨੇ। ਅਸੀਂ ਆਰਟੀਏ ਰਾਹੀਂ ਉਹਨਾਂ ਤੋਂ ਕੁਛ ਕਾਗਜ਼ ਵੀ ਮੰਗੇ ਆ। ਇੱਕ ਮਹੀਨਾ ਟੱਪਣ ਦੇ ਬਾਵਜੂਦ ਜਿਹੜੇ ਮਹੀਨੇ ਦੇ ਵਿੱਚ ਕਾਗਜ਼ ਦੇਣੇ ਹੁੰਦੇ ਉਹ ਵੀ ਨਹੀਂ ਦਿੱਤੇ, ਉਹਦੀ ਅਸੀਂ ਹੁਣ ਅਪੀਲ ਕੀਤੀ ਆ। ਫਿਲਹਾਲ ਸਾਨੂੰ ਕਾਗਜ਼ ਕੋਈ ਨਹੀਂ ਮਿਲੇ, ਪਲੱਸ ਜਿਹੜੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਬੇਸਿੱਟਾਂ ਹੀ ਰਹੀਆਂ ਸਾਰੀਆਂ। ਮੀਟਿੰਗਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਜੀ ਜਿਹੜੀ ਅਸੀਂ ਆਰਟੀਏ ਰਾਹੀਂ ਕੀਤੀ ਆ, ਸਾਡੇ ਉਹੀ ਪਹਿਲਾਂ ਕਾਗਜ਼ ਤਾਂ ਦਿਖਾ ਦਿਉ ਸਾਨੂੰ ਬਈ ਇਹ ਬਿਲਕੁਲ ਕਾਨੂੰਨੀ ਤੌਰ 'ਤੇ ਸਹੀ ਬਣਿਆ। ਅਤੇ ਉਹ ਉਸ ਗੱਲ 'ਤੇ ਨਹੀਂ ਆਉਂਦੇ, ਉਹ ਤਾਂ ਸਿਰਫ ਇੱਕੋ ਹੀ ਆ ਜੀ, ਚਲਾ ਲੈਣ ਤੋਂ ਇਹਦਾ ਲੋਕਾਂ ਦਾ ਫਾਇਦਾ। ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਅਸੀਂ ਕਿਹਾ ਠੀਕ ਆ, ਅਸੀਂ ਇਹ ਨਹੀਂ ਕਹਿੰਦੇ ਕਾਰਕਸ ਪਲਾਂਟ ਮਾੜਾ, ਪਰ ਇਹਨੂੰ ਉਹੋ ਜਿਹੀ ਥਾਂ 'ਤੇ ਲਾਓ ਜਿੱਥੇ ਆਬਾਦੀ ਤੋਂ ਦੂਰ ਹੋਵੇ। ਤੁਸੀਂ ਬਿਲਕੁਲ ਆਬਾਦੀ ਦੇ ਨਾਲ ਲਾਤਾ, ਵੀ ਸਾਡਾ ਤਾਂ ਵਿਰੋਧ ਇਹੀ ਆ ਵੀ ਤੁਸੀਂ ਪ੍ਰੋਜੈਕਟ ਕੋਈ ਵੀ ਲਾਉਣਾ ਅਤੇ ਉਹ ਆਬਾਦੀ ਤੋਂ ਦੂਰ ਲੱਗੇ ਜਿੱਥੇ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਅਤੇ ਉਹ ਹਜੇ ਤੱਕ ਜੀ ਸਾਡੀਆਂ ਜਿੰਨੀਆਂ ਮੀਟਿੰਗਾਂ ਰਹੀਆਂ ਉਹ ਬੇਸਿੱਟਾਂ ਹੀ ਰਹੀਆਂ, ਕੋਈ ਉਹਦਾ ਨਤੀਜਾ ਅਜੇ ਤੱਕ ਨਿਕਲਿਆ ਨਹੀਂ। ਇਲਾਕੇ ਦੇ ਵਿੱਚ ਲੱਗਿਆ ਹੋਇਆ ਉਹਦੇ ਵਿਰੋਧ ਦੇ ਵਿੱਚ